बिस्मिल्लाहिर्रहमानिर्रहीम। सज्जनों ते मित्रों, अज बाबा जी तुहानू एक गल सुनाणगे जिहदा अनुमान आ कि हर सूरत इंसान नू अल्लाह ताला तो डरना चाहिए, हर हाल च डरना चाहिए। दसो बाबा जी। गल शुक्र भाई, अल्लाह की जात को ना इंसान नू हर वक्त डरते रहना चाहिए, बेशक उहदा शुक्र अदा करते रहना चाहिए, बेशक। दो बंदे ना तुरे जांदे सी, अच्छा। उन्होंने ना यही गल ते मौजू ते गल करन डे सी, अच्छा। के ना अल्लाह की जात तो ना एक बंदा दूसरे बंदे नूं कहंदा यार दोस्ता भी अल्लाह की जात तो ना डरते रहना चाहिए हर वक्त। ते पिछे तीन चार बीबियां तुरी आंदियां सी, ओ विचों एक बीबी बोली लै भरावा जदों एक ते गुनाह कीता चलो फिर ते अल्लाह कोलों डरना, ये गुनाह नहीं कीता ते कातों डरना, एवें डरी जाओ। अच्छा। ਕਹਿੰਦਾ ਭੈਣਾ ਡਰਦੇ ਰਹਿਣਾ ਚਾਹੀਦਾ ਅੱਲਾ ਦੀ ਜ਼ਾਤ ਤੋਂ, ਤੇ ਸਮਝ ਜਾ ਇਸ ਗੱਲ ਨੂੰ, ਵੇਖ ਲੈ ਐਵੇਂ ਡਰੋ। ਉਹਨਾਂ ਨੇ ਨਾ ਉਹਨਾਂ ਦਾ ਮਜ਼ਾਕ ਬਣਾ ਲਿਆ, ਬੀਬੀ ਸੀ ਨਾ ਬੀਬੀ। ਉਹ ਹੁਣ ਤੁਰੇ ਗਏ ਤੇ ਅੱਗੇ ਨਾ ਇੱਕ ਨਹਿਰ ਆ ਗਈ, ਉਹ ਨਹਿਰ ਕ੍ਰਾਸ ਕਰਦੀ ਸੀ ਔਰਤਾਂ ਨੇ ਵੀ ਤੇ ਉਹਨਾਂ ਦੋ ਮਰਦਾਂ ਨੇ। ਅੱਛਾ। ਉਹ ਨਾ ਹੁਣ ਨਹਿਰ ਦੇ ਵਿੱਚ ਪਾਣੀ ਸੀ ਤਕਰੀਬਨ ਗੋਡੇ ਗੋਡੇ, ਗੁੱਟਣਿਆਂ ਤੱਕ ਪਾਣੀ ਆਉਂਦਾ ਸੀ। ਉਹ ਜਦੋਂ ਕ੍ਰਾਸ ਕਰਨ ਲੱਗੇ ਨੇ ਤੇ ਉਹਨੇ ਬੰਦੇ ਨੇ ਦੂਜੇ ਨੂੰ ਕਿਹਾ ਵੀ ਯਾਰ ਆਪਾਂ ਨਾ ਸਾਈਡ 'ਤੇ ਹੋ ਜਾਈਏ, ਪਹਿਲੇ ਔਰਤਾਂ ਨੂੰ ਲੰਘ ਲੈਣ ਦੇ। ਉਹ ਔਰਤਾਂ ਨਾਲ ਜਦੋਂ ਲੰਘਣ ਲੱਗੀਆਂ ਤੇ ਉਹ ਹੁਣ ਸਾਈਡ 'ਤੇ ਖਲੋਤਾ ਤੇ ਉਹ ਜਦੋਂ ਔਰਤ ਨੇ ਆਪਣੇ ਸਲਵਾਰ ਗੁੱਟਣਿਆਂ ਤੋਂ ਉੱਤੇ ਕੀਤੀ ਲੰਘਣ ਵਾਸਤੇ ਵੀ ਗਿੱਲੀ ਨਾ ਹੋ ਜਾਵੇ, ਉਹਦੇ ਨਾਲ ਪਿੰਡਲੀ ਅਤੇ ਨਿਚਲੀ ਸਾਈਡ 'ਤੇ ਨਾ ਇੱਕ ਕਾਲਾ ਦਾਗ ਸੀ ਨਿਸ਼ਾਨ, ਉਹਨੇ ਉਹਦੀ ਨਿਗਾਹ ਪੈ ਗਈ ਬੰਦੇ ਦੀ, ਉਸ ਬੰਦੇ ਦੀ ਜਿਹੜੀ ਬੀਬੀ ਨੇ ਗੱਲ ਕਹੀ ਲੈ ਰੱਬ ਤੋਂ ਕਿਉਂ ਡਰੀਏ ਜੇ ਗੁਨਾਹ ਨੇ ਕੀਤਾ ਤਾਂ ਕਾਹਤੋਂ ਡਰਨਾ। ਉਹਨੇ ਕਿਹਾ ਅੱਛਾ। ਉਹ ਕ੍ਰਾਸ ਕਰਕੇ ਅੱਗੇ ਨਹਿਰ ਤੋਂ ਆਪਣੇ ਰਹਿ ਲੱਗੀਆਂ ਤੇ ਉਹ ਬੰਦੇ ਨੇ ਨਾਲ ਦੇ ਸਾਥੀ ਨੂੰ ਕਿਹਾ ਜਲਦੀ ਕਰ ਵੀ ਆਪਾਂ ਵੀ ਨਹਿਰ ਕ੍ਰਾਸ ਕਰੀਏ। ਜਦੋਂ ਨਹਿਰ ਕ੍ਰਾਸ ਕੀਤੀ ਉਹਨੇ ਜਾ ਕੇ ਨਾ ਉਹਦਾ ਗੁੱਟ ਫੜ ਲਿਆ, ਬੀਬੀ ਦਾ, ਉਸ ਬੀਬੀ ਦਾ। ਉਹਨੂੰ ਕਹਿੰਦਾ ਭਲੀਏ ਲੋਕੇ ਚੱਲ ਘਰ ਨੂੰ ਚਲੀਏ। ਤੂੰ ਕਿਤੇ, ਉਹ ਕਹਿੰਦੀ ਮੈਂ ਤੇਰੇ ਨਾਲ ਕਦੋਂ ਜਾਵਾਂ। ਉਹ ਕਹਿੰਦਾ ਕੋਈ ਨੀ ਭਲੀਏ ਲੋਕੇ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਘਰਾਂ 'ਚ, ਬੱਚੇ ਛੱਡ ਕੇ ਨਹੀਂ ਚਾਹੀਦਾ ਹੁੰਦਾ। ਉਹਨੇ ਰੌਲਾ ਪਾ ਲਿਆ ਵੀ ਮੈਂ ਤੇ ਤੇਰੀ ਬੁੱਢੀ ਕੋਈ ਨੀ, ਮੈਂ ਤੇਰੇ ਨਾਲ ਕਦੋਂ ਜਾਵਾਂ। ਉਹ ਕਹਿੰਦਾ ਕੋਈ ਨੀ ਖੈਰ ਆ, ਲੜਾਈਆਂ ਝਗੜੇ ਹੁੰਦੇ ਰਹਿੰਦੇ ਆ, ਵੀ ਤੂੰ ਏਦਾਂ ਨਾ ਕਰ, ਬੱਚੇ ਇਕੱਲੇ ਆ ਘਰ, ਚੱਲ ਘਰ। ਹੁਣ ਦੂਸਰੀਆਂ ਬੀਬੀਆਂ ਵੀ ਕਹਿਣ ਵੀ ਭਾਈ ਇਹ ਕਿਹੜਾ ਤੇਰੀ ਬੁੱਢੀ ਆ। ਉਹ ਕਹਿੰਦਾ ਮੈਂ ਕਦੋਂ ਕਹਿੰਦਾ ਵੀ ਇਹ ਜਾਵੇ, ਇਹ ਘਰ ਜਾਵੇ, ਬੱਚਿਆਂ ਨੂੰ ਸੰਭਾਲੇ, ਲੜ ਕੇ ਜਾਣ ਡਈ ਹੈ। ਇੰਨੇ ਜੇ ਨਾ ਪਰੇ ਜਿਮੀਦਾਰ ਹਲ ਵਾਹਣ ਡੇ ਸੀ, ਉਹਨਾਂ ਨੇ ਰੌਲਾ ਸੁਣਿਆ, ਉਹਨਾਂ ਨੇ ਕਿਹਾ ਵੀ ਇਹ ਰੌਲਾ ਕਾਹਦਾ ਪਿਆ ਬੰਦੇ ਬੁੱਢੀ ਦਾ। ਉਹ ਇਕੱਠੇ ਹੋ ਗਏ, ਉਹਨੇ ਕਿਹਾ ਭਾਈ ਗੱਲ ਤੂੰ ਜੀ ਇਹਦੇ ਦੁਆਲੇ ਹੋਇਆ ਹੋਰ ਉਹਦੇ। ਉਹਨੇ ਕਿਹਾ ਭਾਈ ਮੇਰੇ ਬੱਚੇ ਘਰ ਭੁੱਖੇ ਆ, ਰੋਣ ਡੇ ਆ, ਇਹ ਰੁਸ ਕੇ ਜਾਣ ਡਈ ਆ, ਮੈਂ ਇਹਨੂੰ ਮਨਾਉਣਾ ਤੇ ਹੁਣ ਕਹਿੰਦੀ ਮੈਂ ਤੇਰੀ ਬੁੱਢੀ ਨੀ। ਉਹ ਕਹਿੰਦਾ ਤੇ ਹਰ ਗੌਰ ਤੇ ਇਹੀ ਗੱਲ ਕਹਿੰਦੀ ਹੁੰਦੀ ਹੈ ਜਦੋਂ ਲੜੀ ਹੋਵੇ, ਇੱਕ ਵਿੱਚ ਬੋਲਿਆ। ਉਹਨੇ ਕਿਹਾ ਅੱਛਾ। ਉਹ ਗੱਲਾਂ ਤੁਰੀਆਂ ਰਹੀਆਂ ਜੀ, ਰੌਲਾ ਪੈਂਦਾ ਰਿਹਾ। ਅਖੀਰ ਇੱਕ ਵਿੱਚ ਸਿਆਣਾ ਬੋਲਿਆ, ਉਹਨੇ ਕਿਹਾ ਵੀ ਗੱਲ ਇਹ ਆ ਕਿ ਆਪਾਂ ਨਾ ਇਹਨੂੰ ਬੰਦੇ ਨੂੰ ਵੀ ਤੇ ਬੁੱਢੀ ਨੂੰ ਵੀ ਆਪਣੇ ਪਿੰਡ ਦੇ ਲੰਬੜਦਾਰ ਕੋਲ ਲੈ ਜਾਂਦੇ, ਉਹ ਉੱਥੇ ਫੈਸਲਾ ਕਰ ਦੇਗਾ। ਉਹਨੇ ਬੰਦੇ ਨੂੰ ਕਿਹਾ ਵੀ ਤੂੰ ਏਦਾਂ ਔਰਤ ਨੂੰ ਹੱਥ ਨਹੀਂ ਲਾ ਸਕਦਾ, ਸਾਡੇ ਪਿੰਡ ਦੇ ਲੰਬੜਦਾਰ ਕੋਲ ਚੱਲ। ਉਹਨੇ ਕਿਹਾ ਜੀ ਠੀਕ ਆ। ਉੱਥੇ ਚਲੇ ਗਏ, ਉੱਥੇ ਰੌਲਾ ਪੈ ਗਿਆ। ਲੰਬੜਦਾਰ ਨੇ ਗੱਲ ਸੁਣੀ ਉਹਦੀ, ਔਰਤ ਕਹਿੰਦੀ ਕਿ ਮੇਰਾ ਫਲਾਂ ਪਿੰਡ ਦੇ ਵਿੱਚ ਬੰਦਾ, ਮੈਂ ਉਹਦੀ ਬੁੱਢੀ ਆ, ਮੈਂ ਇਹਦੀ ਬੁੱਢੀ ਨਹੀਂ ਹੈ। ਉਹ ਕਹਿੰਦਾ ਮੇਰੀ ਬੁੱਢੀ। ਉਹ ਕਹਿੰਦਾ ਨਿਕਾਹ ਨਾਮਾ ਦਿਖਾਓ ਜੀ। ਉਹ ਕਹਿੰਦਾ ਕਿਹੜਾ ਬੰਦਾ ਨਿਕਾਹ ਨਾਮਾ ਜੇਬ 'ਚ ਲੈ ਕੇ ਫਿਰਦਾ, ਹਰ ਬੰਦਾ ਨਿਕਾਹ ਨਾਮਾ ਜੇਬ 'ਚ ਤਾਂ ਲੈ ਕੇ ਫਿਰਦਾ। ਇਹ ਮੇਰੀ ਬੁੱਢੀ ਆ, ਮੈਂ ਨਿਸ਼ਾਨੀ ਦੱਸਾਂਗਾ ਵੀ ਇਹ ਮੇਰੀ ਹੈ, ਮੇਰੀ ਹੈ। ਉਹਨਾਂ ਨੇ ਕਿਹਾ ਜੀ ਇਹਦੇ ਬੰਦੇ ਨੂੰ ਸੱਦੋ। ਬੁੱਢੀ ਕਹਿੰਦੀ ਤੁਸੀਂ ਮੇਰੇ ਬੰਦੇ ਨੂੰ ਸੱਦੋ, ਮੇਰੇ ਪਿੰਡ ਵਾਲਿਆਂ ਨੂੰ ਸੱਦੋ, ਮੈਂ ਫਲਾਣੇ ਦੀ ਬੁੱਢੀ ਹਾਂ। ਉਹ ਨਾਈ ਨੂੰ ਸੱਦਿਆ, ਨਾਈ ਨੂੰ ਕਹਿੰਦੇ ਵੀ ਜਾ ਫਲਾਣੇ ਪਿੰਡੋਂ ਫਲਾਂ ਬੰਦੇ ਨੂੰ ਸੱਦ ਕੇ ਲਿਆ ਆਵੇ। ਉਹ ਚਲਾ ਗਿਆ।
ਉਹਨੇ ਜਾ ਕੇ ਨਾ ਉਹਦੇ ਬੰਦੇ ਨੂੰ ਲਿਆ ਨਾਲ, ਉਹ ਪਰਿਆ ਚ ਲੈ ਆਇਆ ਪੰਚਾਇਤ ਦੇ ਵਿੱਚ। ਆਹੋ ਪਰਿਆ ਚ ਆ ਗਏ। ਜਦੋਂ ਪੰਚਾਇਤ ਚ ਆ ਕੇ ਗੱਲਾਂ ਬਾਤਾਂ ਕੀਤੀਆਂ, ਉਹਨੇ ਕਿਹਾ ਵੀ ਆ ਔਰਤ ਕੌਣ ਆ? ਉਹਨੇ ਕਿਹਾ ਮੇਰੀ ਬੀਵੀ। ਅੱਛਾ। ਉਹ ਕਹਿੰਦਾ ਆਹ ਬੰਦਾ ਕਹਿੰਦਾ ਮੇਰੀ ਬੀਵੀ ਆ। ਅੱਛਾ। ਹੈਂ? ਉਹ ਕਹਿੰਦਾ ਨਹੀਂ ਇਹ ਤਾਂ ਮੇਰੀ ਬੀਵੀ ਆ। ਉਹ ਕਹਿੰਦਾ ਨਹੀਂ ਮੇਰੀ ਬੀਵੀ ਆ। ਉਹਨੇ ਕਿਹਾ ਤੇਰੇ ਕੋਲ ਸਬੂਤ? ਉਹਨੇ ਕਿਹਾ ਸਬੂਤ ਕੀ ਆ? ਜਿਹੜੀਆਂ ਔਰਤਾਂ ਦੋ ਨਾਲ ਆ ਇਹਨਾਂ ਨੂੰ ਪੁੱਛ ਲਓ, ਸਾਡੇ ਪਿੰਡ ਦੀਆਂ ਵਾ, ਇਹਦੇ ਨਾਲ ਇਹ ਆਈਆਂ ਵਾ। ਤੇ ਉਹਨਾਂ ਨੇ ਕਿਹਾ ਜੀ ਏਦਾਂ ਜਿਹੜਾ ਮੇਰੇ ਨਾਲ ਦੋ ਬੰਦੇ ਇਹਨਾਂ ਨੂੰ ਪੁੱਛ ਲਓ ਵੀ ਮੇਰੀ ਬੁੱਢੀ ਆ। ਉਹਨੇ ਕਿਹਾ ਜੀ ਅੱਛਾ। ਉਹਨੇ ਕਿਹਾ ਵੀ ਮੈਂ ਇਹ ਇਹਦੀ ਬੁੱਢੀ ਆ ਨਾ, ਜਾਂ ਇਹ ਨਿਸ਼ਾਨੀ ਦੱਸ ਦੇਵੇ ਨਹੀਂ ਤਾਂ ਮੈਂ ਨਿਸ਼ਾਨੀ ਦੱਸ ਦਿੰਦਾ। ਹੈਂ? ਉਹਨੇ ਪੁੱਛਿਆ ਵੀ ਕੀ ਨਿਸ਼ਾਨੀ? ਉਹਨੇ ਕਿਹਾ ਆਖਰ ਉਹਦੀ ਤੇਰੀ ਬੀਵੀ ਉਹਦਾ ਕੋਈ ਨਿਸ਼ਾਨੀ ਤੇਰੇ ਕੋਲ ਹੋਊਗੀ ਵੀ ਆਹ ਨਿਸ਼ਾਨੀ ਹੈ ਜੀ ਇਹਦੀ। ਉਹ ਬੰਦਾ ਜੀ ਜਿਹਦੀ ਬੁੱਢੀ ਸੀ ਉਹਨੇ ਤਾਂ ਕਦੀ ਇਹੋ ਜਿਹੀ ਚੀਜ਼ ਦੀ ਗੌਰ ਨਹੀਂ ਸੀ ਕੀਤੀ। ਉਹਨੇ ਕਿਹਾ ਭਾਈ ਮੈਨੂੰ ਤੇ ਕੋਈ ਨਿਸ਼ਾਨੀ ਇਸ ਹਿਸਾਬ ਦੀ ਨਹੀਂ, ਮੇਰੀ ਫਿਰ ਨਿਕਾਹ ਹੋਇਆ ਵਾ, ਮੇਰੀ ਬੀਵੀ ਮੇਰੇ ਬੱਚਿਆਂ ਦੀ ਮਾਂ ਵਾ। ਉਹ ਕਹਿੰਦਾ ਜੀ ਮੈਂ ਨਿਸ਼ਾਨੀ ਦੱਸਦਾ, ਜੇਕਰ ਉਹ ਨਿਸ਼ਾਨੀ ਨਾ ਹੋਵੇ ਤੇ ਮੈਂ ਭਾਈ ਗੁਨਾਹਗਾਰ। ਦੂਸਰਾ ਬੰਦਾ ਕਹਿੰਦਾ ਜਿਹੜਾ ਕਹਿੰਦਾ ਕਿ ਰੱਬ ਤੋਂ ਡਰਨਾ ਚਾਹੀਦਾ। ਉਹਨੇ ਨਾ ਭਾਈ ਕੀ ਕੀਤਾ, ਉਹਨੇ ਕਿਹਾ ਵੀ ਦੱਸ। ਉਹਨੇ ਕਿਹਾ ਮੈਂ ਇੱਦਾਂ ਨਹੀਂ ਦੱਸਣੇ, ਕੋਈ ਸ਼ਾਦੀ ਸ਼ੁਦਾ ਬੰਦਾ ਲਿਆਓ, ਉਹਨੂੰ ਮੈਂ ਗੱਲ ਦੱਸਾਂਗਾ, ਉਹਦੀ ਬੀਵੀ ਇੱਥੇ ਮੌਜੂਦ ਹੋਵੇ। ਉਹਨੇ ਕਿਹਾ ਠੀਕ। ਉਹਨੇ ਲੰਬੜਦਾਰ ਨੇ ਕਿਹਾ ਵੀ ਆ ਫਲਾਣਾ ਬੰਦਾ ਉਹਦੀ ਬੀਵੀ ਇੱਥੇ ਮੌਜੂਦ ਆ, ਘਰ ਹੀ ਫਿਰਦੀ ਆ, ਉਹਨੂੰ ਸੱਦ ਲੈਂਦੇ ਆ, ਹੈਂ ਇਹਦੇ ਨਾਲ ਗੱਲ ਕਰ ਲਾ। ਉਹਨੇ ਕਿਹਾ ਵੀ ਗੱਲ ਇਹ ਆ, ਸਾਈਡ 'ਤੇ ਹੋ ਕੇ ਉਹਨੇ ਕਿਹਾ ਵੀ ਗੱਲ ਇਹ ਆ ਕਿ ਮੇਰੀ ਨਾ ਇਸ ਔਰਤ ਦੇ ਪਿੰਡਲੀ ਦੇ ਉੱਤੇ ਨਾ ਕਾਲੇ ਰੰਗ ਦਾ ਐਡਾ ਨਿਸ਼ਾਨ, ਅਗਰ ਉਹ ਨਿਸ਼ਾਨ ਨਾ ਹੋਵੇ ਤੇ ਇਹ ਮੇਰੀ ਬੁੱਢੀ ਨਹੀਂ, ਜੇਕਰ ਇਹ ਨਿਸ਼ਾਨ ਹੋਵੇ ਤੇ ਮੇਰੀ ਬੁੱਢੀ ਹੈ। ਉਹਨੇ ਕਿਹਾ ਅੱਛਾ। ਉਹਨੇ ਨਾ ਆਪਣੀ ਬੀਵੀ ਨੂੰ ਕਿਹਾ ਵੀ ਇੱਦਾਂ ਤਾਂ ਇਹਦੀ ਨਾ ਪਿੰਡਲੀ 'ਤੇ ਚੈੱਕ ਕਰ, ਉਹਦੇ ਇੱਦਾਂ ਕਾਲੇ ਰੰਗ ਦਾ ਇੱਦਾਂ ਦਾ ਨਿਸ਼ਾਨ ਹੈਗਾ ਫਲਾਣੀ ਜਗ੍ਹਾ 'ਤੇ। ਉਹਨੇ ਕਿਹਾ ਜੀ ਅੱਛਾ। ਉਹ ਭਾਈ ਹੁਣ ਉਹਨੂੰ ਲੈ ਗਈ ਕਮਰੇ 'ਚ, ਲਿਜਾ ਕੇ ਉਹਨੇ ਨਾ ਉਹਨੂੰ ਚੈੱਕ ਕੀਤੀ ਉਹਦੀ ਪਿੰਡਲੀ। ਉਹਨੇ ਕਿਹਾ ਭੈਣਾ ਇੱਥੋਂ ਨਾ ਇੰਨੀ ਕੁ ਸਲਵਾਰ ਤਾਂ ਉਹਨੂੰ ਕਰ ਅਤੇ ਕਿਹੜੇ ਨਿਸ਼ਾਨ ਦੇਖਣੇ ਤੇ। ਉਹਨੇ ਦੇਖਿਆ, ਉਹਨੇ ਕਿਹਾ ਵਾਕਈ ਨਿਸ਼ਾਨ ਹੈਗਾ। ਉਹਨੇ ਆ ਕੇ ਲੰਬੜਦਾਰ ਨੂੰ ਆਪਣੇ ਬੰਦੇ ਨੂੰ ਕਿਹਾ ਜੀ ਲੰਬੜਦਾਰ ਸਾਹਿਬ, ਬੰਦੇ ਆਪਣੇ ਨੂੰ ਕਿਹਾ ਇਹਦਾ ਜਿਹੜਾ ਨਿਸ਼ਾਨ ਉਹ ਬੰਦਾ ਕਹਿੰਦਾ ਨਾ ਇਹਦੇ ਹੈਗਾ ਵਾ। ਉਹ ਲੰਬੜਦਾਰ ਨੂੰ ਉਹਨੇ ਦੱਸਿਆ, ਉਹਨੇ ਕਿਹਾ ਲੰਬੜਦਾਰ ਸਾਹਿਬ ਬੰਦਾ ਸੱਚ ਬੋਲਦਾ, ਬੁੱਢੀ ਇਹਦੀ ਹੈ, ਬੁੱਢੀ ਲੜਕੇ ਆਈ ਹੈ ਅਤੇ ਜਾਣ ਕੇ ਨਾ ਡਰਾਮੇ ਕਰਦੀ ਪਈ। ਅੱਛਾ। ਲੰਬੜਦਾਰ ਨੇ ਜੀ ਫੈਸਲਾ ਸੁਣਾ ਦਿੱਤਾ ਕਿ ਬੁੱਢੀ ਤੂੰ ਆਪਣੀ ਲਿਜਾ ਸਕਦਾ, ਤੇਰੇ ਨਾਲ ਜਾਊਗੀ, ਤੇਰੇ ਨਾਲ ਹੀ ਜਾਊਗੀ। ਉਹ ਨਾ ਹੁਣ ਉਹਨੂੰ ਜਿਹਦੀ ਬੁੱਢੀ ਸੀ ਉਹ ਵਿਚਾਰਾ ਚੁੱਪ ਕਰ ਗਿਆ ਕਿ ਇੰਨੀ ਪਰਿਆ ਦੇ ਵਿੱਚ ਇਹ ਫੈਸਲਾ ਕਰਨ ਨੇ, ਹੁਣ ਪਤਾ ਨਹੀਂ ਕੀ ਮਾਜਰਾ ਵਾ। ਉਹਨੇ ਉਹਦਾ ਗੁੱਟ ਫੜਿਆ ਅਤੇ ਕਹਿੰਦਾ ਆਪ ਭਲੀਏ ਲੋਕੇ ਚਲੀਏ। ਅੱਛਾ। ਪਰਿਆ ਉੱਠ ਕੇ ਚੱਲੀ, ਉਹ ਕਹਿੰਦੀ ਨਾ ਮੈਂ ਨਹੀਂ ਜਾਣਾ। ਅੱਛਾ। ਹੈਂ? ਉਹ ਕਹਿੰਦਾ ਭਰਾ ਬਹਿ ਜਾਓ। ਉਹ ਬਹਿ ਗਏ। ਉਹਨੇ ਕਿਹਾ ਵੀ ਗੱਲ ਇਹ ਆ, ਇਸ ਭੈਣ ਨੂੰ ਪਹਿਲੇ ਇਹ ਪੁੱਛੋ ਕਿ ਰੱਬ ਤੋਂ ਡਰਨਾ ਚਾਹੀਦਾ ਕਿ ਨਹੀਂ ਡਰਨਾ ਚਾਹੀਦਾ, ਗੁਨਾਹ ਕਰੋ ਜਾਂ ਨਾ ਕਰੋ। ਉਹ ਕਹਿੰਦੀ ਹਾਂ ਡਰਨਾ ਚਾਹੀਦਾ। ਉਹ ਲੰਬੜਦਾਰ ਨੇ ਪੁੱਛਿਆ ਇਹ ਕੀ ਮਾਜਰਾ? ਉਹਨੇ ਕਿਹਾ ਜੀ ਗੱਲ ਇਹ ਆ ਕਿ ਇਹ ਮੇਰੀ ਭੈਣ ਆ, ਮੇਰੀ ਬੁੱਢੀ ਨਹੀਂ, ਅਸੀਂ ਦੋ ਬੰਦੇ ਗੱਲਾਂ ਕਰਨ ਦੇ ਸੀ ਅਤੇ ਗੱਲਾਂ ਗੱਲਾਂ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਯਾਰ ਬੰਦਾ ਗੁਨਾਹ ਕਰੇ ਜਾਂ ਨਾ ਕਰੇ, ਅੱਲਾ ਦੀ ਜ਼ਾਤ ਤੋਂ ਹਰ ਟਾਈਮ ਡਰਨਾ ਚਾਹੀਦਾ, ਡਰਦੇ ਰਹਿਣਾ ਚਾਹੀਦਾ। ਇਹਨੇ ਮੇਰਾ ਮਜ਼ਾਕ ਉਡਾ ਲਿਆ, ਜੇ ਇੱਕ ਗੁਨਾਹ ਹੀ ਨਹੀਂ ਕੀਤਾ ਤਾਂ ਡਰਨਾ ਕਾਹਤੋਂ? ਗੁਨਾਹ ਕੀਤੇ ਤਾਂ ਬੰਦਾ ਡਰੇ, ਜੇ ਗੁਨਾਹ ਹੀ ਨਹੀਂ ਕੀਤਾ ਤਾਂ ਕਾਹਤੋਂ ਡਰਨਾ? ਹੁਣ ਇਹਨੂੰ ਮੈਂ ਇਹ ਸਬਕ ਦੇਣ ਵਾਸਤੇ ਇਹ ਗੱਲ ਕੀਤੀ ਆ, ਇਹ ਦੇਖਣਾ ਹੁਣ ਇਹ ਮੇਰੀ ਬੀਵੀ ਵੀ ਨਹੀਂ, ਹੈਂ ਤੇ ਮੈਂ ਸਾਬਤ ਕਰ ਦਿੱਤਾ ਕਿ ਮੇਰੀ ਬੀਵੀ ਹੈ, ਤੇ ਇਹਦੇ ਹੰਕਾਰ ਦੀ ਵਜ੍ਹਾ ਤੋਂ ਇਹਦੇ ਨਾਲ ਵਾਕਿਆ ਹੋਇਆ। ਉਹ ਕਹਿੰਦੀ ਹਾਂ ਭਰਾਵਾ ਬੰਦਾ ਗੁਨਾਹ ਕਰੇ ਜਾਂ ਨਾ ਕਰੇ, ਰੱਬ ਤੋਂ ਡਰਦੇ ਰਹਿਣਾ ਚਾਹੀਦਾ, ਰੱਬ ਤੋਂ ਡਰਦੇ ਰਹਿਣਾ ਚਾਹੀਦਾ। ਹਾਂ, ਡਰੋਗੇ ਤਾਂ ਅੱਲਾ ਦੀ ਲਾਤ ਕਿਸੇ ਟਾਈਮ ਵੀ ਪਕੜ ਕਰ ਸਕਦੀ। ਠੀਕ ਹੈ ਨਾ ਭਾਈ? ਠੀਕ ਹੋ।